बाजार तो मिल गया बस। देसी है यानी जी दुकान है वो भी बीजा। हाँ जी है तो ब्रिक ये वाले ब्रिक कुछ अलग अलग वैसे पानी प्यास लगी थी काफी देर फसल भी हुई बाकी देर से फसल चले बाद। हाँ जी बाकी बारिश से सारा ताजा ना हुई हरी ताजा था। हाँ जी कौन सी चाहते अब ये हैगा राजा ऑर्गेनिक फार्म तो उपर लिखा वा राजा का राजा एक ओंकार सतगुर प्रसाद राजा ऑर्गेनिक फार्म भी वो दाते ही राजा है ना परमात्मा ही राजा। ये फार्म है गोरे अंग्रेज का फार्म दर्शन सिंह गरेवाल। हुण तुसीं कहोगे गरेवाल किवें उहदा गोत पै गया भी हैगा तां अंग्रेज आ फ्रांसीसी आ। हाँ उस बाद इंग्लैंड की सिटीजनशिप मिल गई जी उन्होंने। हाँ बिल्कुल बिल्कुल देखो अपने पंजाब के किसान आगे इन्हों को देख बेइज्जत करना भी जो बाहरों बंदे उरे आके खेती कर सकते हैं तो अपने की मनो पैंती है सही गल है। कुछ चंगी मिट्टी भी आई सी देसी है ब्रेक द नेम सारा मंगी से की पहले पहले पास ये तो कब देंगे डॉक्टर जन के हां आप का आ मंगी की कितनी 24 आवर देसी हो वो नहीं बाजार तो मिल गया बस। और देसी है यानी जी दुकान है वो भी बीजा। हां जी है तो ब्रिक ये वाले ब्रिक कुछ अलग अलग वैसे पानी प्यास लगी थी काफी देर फसल भी हुई बाकी देर से फसल चले बाद। हां जी बाकी बारिश से सारा ताजा ना हुई हरी ताजा था। हां जी कौन सी चाहते दोस्तों आ अपने पंजाब तो खास करके बरनाले जिले तो टीम गई भी अज अंग्रेज दर्शन सिंह के फार्म से जिड़े कि फ्रांस तो आए ने तो उस तो बाद इंग्लैंड पक्के तो हूँ ये पंजाब आनंदपुर साहब के एरिए खेती करते हैं। देखो अपने किसान भीर देख गए भी ने इन्हों अज साढ़े बरनाले जिले तो टीम नाल इधर बई भुपिंदर मास्टर जी फोटो खिंचन लग गए। हो ठीक हो मास्टर जी वधिया चढ़ती कला जी बिल्कुल जी तो हो सारे भरा अपने उधर जा रहे हैं गे तुसी देख सकते हो बाकी जेडे शॉट ने कट कट के जे लगन गे दिखावांगे तुहानू सारा कुछ। पशुओं वास्ते बरसीन कहिंदे और रास्ता चाहिदा कदे कदे रेली नाल दलेर ही बंदा दर्शन सिंह भी फट लो भाई अपने बंदे कर दो देख लो भरावो अपने लोग बाहर नू भजे जांदे आ गए ना दर्शन सिंह जी का मन इत्थे लग गया वाह जी वाह किवें लगदा जी इत्थे पूरा नजारा जी लग्या पूरा
ਬਿਲਕੁਲ ਆਨੰਦ ਆ ਪੂਰਾ ਬਿਲਕੁਲ ਇਦੋਂ ਤੇ ਕੀ ਹੋਇਆ ਅਸਲ ਚ ਬੰਦੇ ਜ਼ਿੰਦਗੀ ਜਿਉਂ ਰਹੇ ਨੇ ਨਹੀਂ ਕੀ ਹੁੰਦਾ ਬੰਦੇ ਫਾਰਮੈਲਿਟੀ ਕਰੀ ਜਾਂਦੇ ਹੁੰਦੇ ਕਿ ਆਪਾਂ ਜੇ ਗੱਲ ਕਰੀਏ ਬੰਦਾ ਜ਼ਿੰਦਗੀ ਜਿਉਂ ਰਿਹਾ ਕਿ ਨਹੀਂ ਜਮਾਂ ਗਰਾਊਂਡ ਲੈਵਲ ਤੇ ਆ ਜ਼ਿੰਦਗੀ ਜਿਉਂ ਰਿਹਾ ਆਪ ਕੰਮ ਕਰਦਾ ਕਹੀ ਵਗੈਰਾ ਸਾਰਾ ਕੁਛ ਆਪ ਚਲਾਉਂਦਾ ਤੇ ਆਹ ਦੇਖ ਲਓ ਅਰਬੀ ਹਲਦੀ ਵਗੈਰਾ ਲਾਈ ਵੀ ਮੈਂ ਕਹਿੰਦਾ ਵਾਹ ਜੀ ਵਾਹ ਇਹ ਕੀ ਚੀਜ਼ ਹੈ ਜੀ ਲੋਕਾਰ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਅੱਛਾ ਜੀ ਪੜ ਲਓ ਪੜ ਲਓ ਲੋਕਾਰ ਦੇ ਬੂਟੇ ਲੈ ਚੱਲਾਂਗੇ ਲਾ ਲਾਂਗੇ ਸਮਕਾਂ ਦੀ ਉੱਥੇ ਜਿੰਨੇ ਬੰਦੇ ਨੇ ਸਾਰੇ ਵਾਸਤੇ ਦੋ ਦੋ ਪੱਟ ਲਓ ਆਹ ਕਿਵੇਂ ਹੈ ਇਹ ਤੇ ਉਹ ਹੋਊਗਾ ਤੂੰ ਵੀ ਕਰ ਲਾ ਮੜਾ ਆਹ ਲਕਾਟ ਹੀ ਆ ਬਾਬੇ ਪੱਟ ਲਾ 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 ਆ ਜਾ ਜਾ ਕੋਲੇ ਆਪਣੇ ਪੱਟ ਲਓ ਪੱਟ ਲਓ ਪੱਟ ਲਓ ਗੱਲ ਪੱਕੀ ਆਪਣੇ ਛੋਟੇ ਨੇ ਉਹ ਇਹ ਚੱਲਣਗੇ ਹਜੇ ਇਹ ਚੱਲਣਗੇ ਹਜੇ ਵਾਹ ਜੀ ਵਾਹ ਗੁਰਜੰਟ ਬਾਈ ਦਾ ਹੀ ਬਦਰਿਆਲ ਦਾ ਤਜਰਬਾ ਪੂਰਾ ਫੁੱਲ ਹੈ ਕਿ ਨਹੀਂ ਗੁਰਜੰਟ ਬਾਈ ਮੈਨੂੰ ਐਂ ਦੀ ਮਾਂ ਕਿਤੇ ਉਰੇ ਮਿੱਟੀ ਨਾ ਕੈੜੀ ਹੋਵੇ ਵੀ ਤਾਂ ਕਰਕੇ ਗੱਲ ਨਹੀਂ ਬਣਦੀ ਹੈਗੀ ਆ ਸੁਣਦਾ ਭਰਾਵੋ ਕਹਿੰਦੇ ਦੇਖੋ ਉਪਰੋਂ ਨਾ ਤੋੜੋ ਲੱਗ ਜੂ ਜੀ ਲੱਗ ਜੂ ਹਾਂ 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 ਸੁੰਡ ਵੀ ਚੱਕੋ ਜੀ ਲੈ ਵੀ ਭਰਾਵੋ ਬਰਿੰਗ ਬ੍ਰਦਰ ਜਾਂ ਔਰਗੈਨਿਕ ਫਾਰਮ ਧਰੋਲਦੇ ਵਾਲਾ ਆਪਣਾ ਬਾਈ ਇੱਕ ਤਾਂ ਆਦੇ ਦੀ ਵਰਾਇਟੀ ਲਿਆਇਆ ਨਾਲ ਇੱਕ ਲੋਕਾਟ ਦੇ ਬੂਟੇ ਹਨਾ ਤੇ ਇਹ ਗੋਰੇ ਅੰਗਰੇਜ਼ ਦਰਸ਼ਨ ਸਿੰਘ ਦੇ ਖੇਤੋਂ ਲਿਆਂਦੇ ਨੇ ਆਹ ਤਾਂ ਹੋ ਗਿਆ ਅਦਰਕ ਬਾਈ ਇਹ ਚੋਂ ਕੁਛ ਬੂਟੇ ਆਪਾਂ ਵੀ ਆਪਣੇ ਬਾਈ ਤੋਂ ਲਵਾਂਗੇ ਆਪਣੇ ਖੇਤ ਲਾਉਣ ਨੂੰ ਤੇ ਇਹਨਾਂ ਚੋਂ ਵੀ ਲਵਾਂਗੇ ਇਹ ਬਰਿੰਗ ਬ੍ਰਦਰ ਧਰੋਲਦੇ ਵਾਲੇ ਬਾਈ ਨੇ ਨਾ ਪੇਜ ਵੀ ਬਣਿਆ ਹੋਇਆ ਕਰ ਲਿਓ ਫੋਲੋ ਵੀਰ ਹੋਰਾਂ ਨੂੰ ਤੇ ਆਪਾਂ ਇੱਥੋਂ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਆਪਦੇ ਫਾਰਮ ਹਾਊਸ ਦਾ ਸ਼ਿੰਗਾਰ ਬਣਾਵਾਂਗੇ ਭਰਾਵੋ ਆਹ ਦੇਖੋ ਗਾਈਆਂ ਹੀ ਬੰਨ ਬੰਨ ਰੱਖੀ ਜਾਂਦੇ ਹਨਾ ਆਪੀ ਚਰੀ ਜਾਣਗੀਆਂ ਹੋਣਗੀਆਂ ਮੈਨੂੰ ਵੀ ਆਈਆਂ ਵੀ ਬਾਹਣ ਚਾਹੀਦੀ ਦਰਖਤ ਹੋਇਆ ਕਰਨ ਬਸ ਗਾਈਆਂ ਹੀ ਛੱਡ ਦਿਆ ਕਰੀ ਆਪੀ ਖਾਈ ਜਾਇਆ ਕਰਨਗੀਆਂ ਇਹ ਕਿਹੜੀ ਵਰਾਇਟੀ ਹੈ ਇਹ ਲੈਮਨ ਲੈਮਨ ਗਰਾਸ ਹੀ ਹੈ ਆਹ ਲਓ ਬਾਈ ਮੈਂ ਕਹਿੰਦਾ ਦਲੇਰ ਹੀ ਆ ਬੰਦਾ ਦਰਸ਼ਨ ਸਿੰਘ ਵੀ ਫੜ ਲਓ ਬਾਈ ਆਪਣੇ ਬੰਦੇ ਉਹ ਕਰ ਦਿਓ ਦੇਖ ਲਓ ਭਰਾਵੋ ਆਪਣੇ ਲੋਕ ਬਾਹਰ ਨੂੰ ਭੱਜੇ ਜਾਂਦੇ ਹੈਗੇ ਇਹਨਾਂ ਦਰਸ਼ਨ ਸਿੰਘ ਜੀ ਦਾ ਮਨ ਇੱਥੇ ਲੱਗ ਗਿਆ ਵਾਹ ਜੀ ਵਾਹ ਕਿਵੇਂ ਲੱਗਦਾ ਜੀ ਇੱਥੇ ਪੂਰਾ ਨਜ਼ਾਰਾ ਜੀ ਲੱਗਿਆ ਪੂਰਾ ਬਿਲਕੁਲ ਆਨੰਦ ਆ ਪੂਰਾ ਬਿਲਕੁਲ ਇਦੋਂ ਤੇ ਕੀ ਹੋਇਆ ਅਸਲ ਚ ਬੰਦੇ ਜ਼ਿੰਦਗੀ ਜਿਉਂ ਰਹੇ ਨੇ ਨਹੀਂ ਕੀ ਹੁੰਦਾ ਬੰਦੇ ਫਾਰਮੈਲਿਟੀ ਕਰੀ ਜਾਂਦੇ ਹੁੰਦੇ ਕਿ ਆਪਾਂ ਜੇ ਗੱਲ ਕਰੀਏ ਬੰਦਾ ਜ਼ਿੰਦਗੀ ਜਿਉਂ ਰਿਹਾ ਕਿ ਨਹੀਂ ਜਮਾਂ ਗਰਾਊਂਡ ਲੈਵਲ ਤੇ ਆ ਜ਼ਿੰਦਗੀ ਜਿਉਂ ਰਿਹਾ ਆਪ ਕੰਮ ਕਰਦਾ ਕਹੀ ਵਗੈਰਾ ਸਾਰਾ ਕੁਛ ਆਪ ਚਲਾਉਂਦਾ ਤੇ ਆਹ ਦੇਖ ਲਓ ਅਰਬੀ ਹਲਦੀ ਵਗੈਰਾ ਲਾਈ ਵੀ ਮੈਂ ਕਹਿੰਦਾ ਵਾਹ ਜੀ ਵਾਹ ਇਹ ਕੀ ਚੀਜ਼ ਹੈ ਜੀ ਲੋਕਾਟ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਅੱਛਾ ਜੀ ਪੱਟ ਲਓ ਪੱਟ ਲਓ ਪੱਟ ਲਓ ਲੋਕਾਟ ਦੇ ਬੂਟੇ ਲੈ ਚੱਲਾਂਗੇ ਲਾ ਲਾਂਗੇ ਸਮਕਾਂ ਦੀ ਉੱਥੇ ਜਿੰਨੇ ਬੰਦੇ ਸਾਰੇ ਵਾਸਤੇ ਦੋ ਦੋ ਪੱਟ ਲਓ ਆਹ ਕਿਵੇਂ ਹੈ ਇਹ ਤੇ ਉਹ ਹੋਊਗਾ ਤੂੰ ਵੀ ਕਰ ਲਾ ਮੜਾ ਆਹ ਲੋਕਾਟ ਹੀ ਆ ਬਾਬੇ ਪੱਟ ਲਾ 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 ਆ ਜਾ ਜਾ ਕੋਲੇ ਆਪਣੇ ਪੱਟ ਲਓ ਪੱਟ ਲਓ ਪੱਟ ਲਓ ਗੱਲ ਪੱਕੀ ਆਪਣੇ ਛੋਟੇ ਨੇ ਉਹ ਇਹ ਚੱਲਣਗੇ ਹਜੇ ਇਹ ਚੱਲਣਗੇ ਹਜੇ ਵਾਹ ਜੀ ਵਾਹ ਗੁਰਜੰਟ ਬਾਈ ਦਾ ਹੀ ਬਦਰਿਆਲ ਦਾ ਤਜਰਬਾ ਪੂਰਾ ਫੁੱਲ ਹੈ ਕਿ ਨਹੀਂ ਗੁਰਜੰਟ ਬਾਈ ਮੈਨੂੰ ਐਂ ਦੀ ਮਾਂ ਕਿਤੇ ਉਰੇ ਮਿੱਟੀ ਨਾ ਕੈੜੀ ਹੋਵੇ ਵੀ ਤਾਂ ਕਰਕੇ ਗੱਲ ਨਹੀਂ ਬਣਦੀ ਹੈਗੀ ਆ ਸੁਣਦਾ ਭਰਾਵੋ ਕਹਿੰਦੇ ਦੇਖੋ ਉਪਰੋਂ ਨਾ ਤੋੜੋ ਲੱਗ ਜੂ ਜੀ ਲੱਗ ਜੂ ਹਾਂ 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 ਸੁੰਡ ਵੀ ਚੱਕੋ ਜੀ